ਰਹਿਮਤੁਲ੍ਲਾਹ ਆਪਣਾ ਕਾਹ ਦੋ ਆ ਜਿਹੜਾ ਨਾ ਅੰਜੀਰ ਕੱਚੇ ਇੱਕ ਜਗ੍ਹਾ ਲੱਗੇ ਨੇ, ਲੇਕਿਨ ਉਹ ਜਿਹੜਾ ਨਾ ਬਹੁਤ ਜ਼ਿਆਦਾ ਉੱਚੇ ਉੱਚਾਈ ਹੈ, ਥੋੜ੍ਹੀ ਤੇਜ਼ ਹੈ, ਘੱਟ ਲੱਗੀ ਆ ਉਸਨੇ ਤਰਕੀਬ ਸੋਚੀ। ਹੁਣ ਤਜਰਬਾ ਕਰਨਾ ਕਿ ਉਹ ਕਾਮਯਾਬ ਹੋਣੀ ਜਾਂ ਨਾਕਾਮ ਹੋਣੀ, ਲੇਕਿਨ ਅਗਰ ਕਾਮਯਾਬ ਹੋਈ ਤਾਂ ਅੰਜੀਰ ਲੱਭੀ ਜਾ ਸਕ, ਔਰ ਅਗਰ ਨਾਕਾਮ ਹੋਈ ਤਾਂ ਸਾਰੀ ਮਿਹਨਤ ਲਾਇਆ ਜਾ ਸੀ। ਲਕਸ਼ਮੀ ਟੇਪ ਬਧਾਈ ਆ ਜੀ, ਦੁਕਾਨ ਹੈ ਆਪਣੀ ਜਿਹੜੀਆਂ ਦੁਕਾਨਾਂ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਪੂਰੀਆਂ ਕਰਨਾ ਆ। ਛੁੜੀ ਚਾਹੀ, ਹੁਣ ਟੇਪ ਵੀ ਚਾਹੀ, ਹੁਣ ਜੁਲਨੇ ਆ ਜਿਹੜਾ ਛਾਪੜ ਬਧਾਈ ਆ ਜੀ ਇਸ ਜਾਨ ਖਾਨ ਜੀ ਅਸਲੀ ਜਿਹੜਾ ਨਾ ਇਹ ਅਗਰ ਖਾਲੀ ਸੁੱਟੀ ਮਾਰਾਂ ਦਾ ਉਹ ਜਿਹੜੇ ਨਾ ਤਰੁੱਟੀ ਜਾਣੇ ਜੀ ਥੱਲੇ ਢੇਣੇ ਤੇ ਪਹਿਲਾਂ ਤਰੁੱਟੀ ਜਾਣੇ, ਇਸ ਨਾਲ ਜਿਹੜਾ ਨਾ ਐਸਾ ਤਜਰਬਾ ਕੀਤਾ ਜਾਏ ਕਿ ਅੰਜੀਰ ਕੱਟਣ ਵੀ ਜਾਏ ਉੱਪਰੋਂ ਔਰ ਤਰੁੱਟਿਆ ਵੀ ਨਾ, ਕਿਉਂਕਿ ਹਾਸੇ ਪੱਕੇ ਨੇ ਹੋਣੇ ਔਰ ਦੋ ਟੋਟੇ ਹੋ ਜਾਣੇ, ਨਾਲ ਜਿਹੜੇ ਕੱਚੇ ਹੋਣੇ ਉਹ ਵੀ ਢਹੀ ਜਾਣੇ। ਅਤੇ ਇਹ ਜਿਹੜਾ ਨਾ ਇੱਕ ਕੋਈ ਤਜਰਬਾ ਕਰਨੇ ਆ, ਕੋਈ ਬਚਪਨ ਦੀਆਂ ਯਾਦਾਂ ਤਾਜ਼ਾ ਹੋਈ ਜਾ ਸਕ, ਲੇਕਿਨ ਉਸ ਤੋਂ ਪਹਿਲਾਂ ਇਹ ਆ ਕਿ ਚੈਨਲ ਸਬਸਕ੍ਰਾਈਬ ਕਰੀਏ ਔਰ ਇਹ ਹੋਈ ਆ ਸਾਰਾ ਅਸਲਾ ਤਿਆਰ, ਇਹ ਅਸਲਾ ਤਿਆਰ ਹੋਈ ਆ ਫਿਲਹਾਲ ਜਿਹੜਾ ਫੋਟੋ ਉਸ ਨਾਲ ਉਹ ਫੋਟੋ ਬਣਾਇਆ ਜੀ। ਉਹ ਪਾਰ ਹੈ ਬੂਟਾ ਜਿਸ ਉੱਪਰ ਜਿਹੜਾ ਲੱਗੇ ਨੇ ਅੰਜੀਰ, ਹੁਣ ਕਿਤੇ ਨੇ ਉਹ ਪਾਰ ਦਰਖਤ ਹੈ ਜਿਸ ਉੱਪਰ ਲੱਗੇ ਨੇ ਅੰਜੀਰ ਦਾ, ਉਧਰ ਜੁਲਨੇ ਹੁਣ ਕਲੋਕ ਕਰੀ ਦੱਸੋ ਪੱਕੇ ਨੇ ਦੱਸੀ ਰਹੇ ਹੋ, ਬਿਲਕੁਲ ਜਿਸ ਤਰ੍ਹਾਂ ਤੁਸੀਂ ਤਾਂ ਕਿਹਾ ਕਿ ਅੰਜੀਰ ਲੱਗੇ ਨੇ ਉਹਨੇ ਲਵਾਉਣੇ ਨਹੀਂ, ਕੋਸ਼ਿਸ਼ ਕਰਨੇ ਆ ਅਗਰ ਆਪਾਂ ਕਾਮਯਾਬ ਹੋਏ ਹਾਂ ਤਾਂ ਅੰਜੀਰ ਹੋ ਗਿਆ, ਤਾਂ ਅਗਰ ਨਾਕਾਮ ਹੋਇਆ ਤਾਂ ਤੁਹਾਨੂੰ ਪਹਿਲਾਂ ਹੀ ਮਿਲ ਜਾਣਾ। ਥੋੜ੍ਹੀ ਪੁੱਛੀ ਕਰਕੇ ਪੁੱਛੀ ਕਰਨਾ ਆ ਬਿਲਕੁਲ ਪਸੰਦ ਕਰੋ ਜੀ, ਤਜਰਬਾ ਜਿਹੜਾ ਉਹ ਕਾਮਯਾਬ ਰਿਹਾ ਔਰ ਪਹਿਲਾਂ ਅੰਜੀਰ ਜਿਹੜਾ ਉਹ ਉਤਰੀ ਆ, ਹੁਣ ਮੈਂ ਛਾਪੜਾ ਹੀ ਪਾਉਣੇ ਆ, ਇਸ ਤਰ੍ਹਾਂ ਹੁਣ ਬਾਕੀ ਵੀ ਲਵਾਉਣਾ ਦੀ ਕੋਸ਼ਿਸ਼ ਕਰਨੇ ਆ, ਤੱਕਣੇ ਆ ਕਿ ਕਿਤਨੇ ਲਵਾਈ ਸਕਦੇ ਹਾਂ, ਬੰਦ ਕਰੋ ਜੀ ਹੁਣ, ਲੇਕਿਨ ਜਿਹੜਾ ਨਾ ਇਹ ਤੱਕ ਹੀ ਸਕਦੇ ਹੋ ਕਿ ਜਿਸ ਬਿਲਕੁਲ ਐਂਡ ਨਹੀਂ ਲੱਗਣੀ ਉਹ ਜਿਹੜਾ ਨਾ ਕੱਟਣ ਜਾਣਾ, ਲੇਕਿਨ ਇਹ ਆ ਕਿ ਸਾਫ਼ ਸੁਥਰਾ ਕੱਟਣ ਹੋਣਾ ਔਰ ਨੀਚੇ ਆਈ ਜਾਣਾ। ਹਾਲੇ ਨਜ਼ੀਰ ਲਵਾਉਣੇ ਆ ਉਹੀ ਹੈ ਵੈਸੇ, ਅੱਜ ਨੇ ਖਾਣੇ ਵਾਸਤੇ ਹੋਈ ਹੈ, ਲੇਕਿਨ ਬਾਹਰ ਆਵਾਮ ਜਿਹੜੀ ਆ ਉਹ ਵੀ ਕੋਈ ਮੰਗਣੀ ਸ਼ੰਗਣੀ ਥੋੜ੍ਹੇ ਥੋੜ੍ਹੇ ਉਹਨੇ ਵੀ ਦੇਣੇ ਪੈਣੇ, ਆਪਾਂ ਚਾਹੁੰਦੇ ਹਾਂ ਕਿ ਤਜਰਬੇ ਕੋਲੋਂ ਪਹਿਲਾਂ ਉਠਾਇਆ ਜਾਏ ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਅੰਜੀਰ ਉਤਾਰੇ ਗਏ।